अबोहर के सरकारी सीनियर सैकेंडरी स्कूल लड़किया च नौजवान देश सेवा करने की भावना दिल च लैके प्रैक्टिस कर रहे हैं, पर इस दौरान उन्होंने कई तरह मुश्किलों का सामना करना पै रहा। सरकार वालों नौजवानों का रुझान खेडों वल करने भी कोई उपराले नहीं किए जा रहे, तो ना ही इन नौजवान जो फौज च भर्ती होकर देश सेवा करने का जज्बा अपने दिल च लैके कड़ी मेहनत कर रहे हैं, उन्होंने कोई मदद नहीं की जा रही। अजिहे च अकाली दल हमेशा वांग अगे आया अते यूथ अकाली दल दे जिला प्रधान हरविंदर सिंह हैरी अते इन्हां दी टीम वलो इन्हां नौजवानां दी जिथे हौसला अफजाई की गई उत्थे ही इन्हां नूं ठंड दे मौसम दौरान प्रैक्टिस करन लई बूट बंडे गए तां जो ठंड दे मौसम च उन्हां दी प्रैक्टिस प्रभावित ना होवे। मैं जी साडे इत्थे ग्राउंड है बड़ा पुराना हाई सैकेंडरी स्कूल दा, ते बड़े स्पोर्ट्समैन इत्थों पैदा होए इस ग्राउंड दे विचों। मैनू इन्होंने बुलाया सी पिछले हफ्ते, तो मैनू कहिंदे सानू प्रैक्टिस करने वास्ते शूज़ की बड़ी लोड़ आ, तो असीं अज सारी टीम यूथ अकाली दल की सारी टीम असीं फिर इत्थे अज आए हैं। और ये बच्चे आ ये ना साडे इत्थे आर्मी की प्रैक्टिस करते हैं वो भर्ती होने वास्ते, तो उस करके असीं अज फिर इन्हां नूं शूज़ इन्हां नूं लैके आए हैं, इन्हां वास्ते स्पोर्ट्स शूज़ वो इन्हां नूं असीं यारां नूं वंडे आ जी। तुसीं वेखो जी, मैं तो 4 साल हो गए सरकार आई नूं, आपां स्पोर्ट्स की गल करते हैं, मैनूं तां कदों वी कुछ लगता ही नहीं भी सरकार ना दी कोई चीज़ इत्थे है। जदों साडे प्रधान साहब सरदार सुखबीर सिंह जी बादल जदों उप मुख्यमंत्री सन, तो उन्होंने स्पोर्ट्स का लैवल वेखो, तुसीं कबड्डी दा ला लो, तुसीं कितना उन्होंने लैवल उन्होंने उपर तक लै गए हो, पर उन्होंने हमेशा ही ध्यान खेडां दे वल रहा भी आपां खेडां नूं किवें आपां प्रफुल्लित करना। तो इस करके मैं समझदा कि वध तों वध हर एक नूं, मैं तां शहर वासियां नूं कहिंदा ਭਾਵੇਂ ਖੇਡਾਂ ਵਾਲੇ ਬੱਚੇ ਆ, ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਆ ਕੇ ਸਾਰੇ, ਭਾਵੇਂ ਇਹ ਕੋਈ ਵੱਧ ਤੋਂ ਵੱਧ, ਮੈਂ ਕਹਿੰਦਾ ਵੀ ਇਹਨਾਂ ਦਾ ਗਰੀਬ ਬੱਚੇ ਆ, ਇਹਨਾਂ ਦੀ ਬਹੁਤ ਲੋੜ ਆ, ਔਰ ਬੜੇ ਚੰਗੇ ਆ, ਚੰਗੇ ਮੁੰਡੇ ਆ ਸਪੋਰਟਸਮੈਨ, ਮੈਂ ਵੇਖਿਆ ਸੀ ਇਹ, ਇਹਨਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ। ਉੱਥੇ ਹੀ ਨੌਜਵਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਖੇਡਾਂ ਵੱਲ ਲਿਆਉਣ ਅਤੇ ਫੌਜ 'ਚ ਭਰਤੀ ਹੋਣ ਦੇ ਇੱਛੁਕ ਨੌਜਵਾਨਾਂ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਸਰ ਸਾਰੇ ਵਧੀਆ ਪ੍ਰੈਕਟਿਸ ਕਰਦੇ ਆ ਜੀ, ਨਾਲੇ ਇੱਧਰ ਕੋਈ ਸੁਵਿਧਾ ਨਹੀਂ ਹੈ ਸਰ ਜੀ, ਗਰਾਊਂਡ 'ਚ ਨਾ ਤਾਂ ਕੋਚ ਹੈ ਕੋਈ ਸਰ ਜੀ, ਨਾ ਕੋਈ ਸਫਾਈ ਰਹਿੰਦੀ ਹੈ ਜੀ, ਇਹਦੇ ਬਾਹਰ ਗੇਟ ਬੰਦ ਹੁੰਦਾ ਜੀ ਹਮੇਸ਼ਾ, ਕੋਈ ਮੋਟਰਸਾਈਕਲ ਚੋਰੀ ਹੋ ਜਾਂਦਾ ਜੀ, ਅਤੇ ਕੋਈ ਮੋਟਰਸਾਈਕਲ ਚੋਰੀ ਹੋ ਗਿਆ ਵੈਸੇ ਕੋਈ ਸੁਵਿਧਾ ਨਹੀਂ ਹੈ ਜੀ ਇੱਥੇ ਜੀ, ਨਾ ਕੋਈ ਪਾਣੀ ਦੀ ਸੁਵਿਧਾ ਹੈ ਜੀ, ਕਾਗੂ ਬਾਰ ਟਰੈਕ ਹਮੇਸ਼ਾ ਖਰਾਬ ਹੀ ਰਹਿੰਦਾ ਜੀ। ਅੱਜ ਤੱਕ ਸਾਨੂੰ ਕੋਈ ਵੀ ਮਦਦ ਨਹੀਂ ਮਿਲੀ, ਹੈਰੀ ਵੀਰ ਨੇ ਪਹਿਲੀ ਵਾਰ ਸਾਡੇ ਕਹਿਣ 'ਤੇ ਸਾਡੀ ਮਦਦ ਕੀਤੀ, ਸ਼ੂਜ਼ ਦਿੱਤੇ ਸਾਨੂੰ ਸਰ, ਜੇ ਸਾਨੂੰ ਕਦੇ ਸਕੂਲ ਵੱਲੋਂ ਵੀ ਕੋਈ ਜਾਂ ਫਿਰ ਆਪਣੇ MLA ਸਰ ਇਹਨਾਂ ਦਾ ਕੋਈ ਮਦਦ ਨਹੀਂ ਮਿਲੀ ਅੱਜ ਤੱਕ ਸਰ, ਕੋਈ ਸੁਣਵਾਈ ਨਹੀਂ ਹੋਈ ਸਾਡੀ। SDM ਨੂੰ ਮੈਡਮ ਨੂੰ ਕਈ ਵਾਰ ਕਿਹਾ ਸੀਗਾ ਸਰ, ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਜਨਾਬ ਇਹ ਅਬੋਹਰ ਜਿਹੜਾ ਬਾਰਡਰ ਏਰੀਏ 'ਤੇ ਵਸਿਆ ਹੋਇਆ ਜੀ, ਨਸ਼ੇ ਦੀ ਥੋੜ੍ਹੀ ਸਭ ਤੋਂ ਵੱਡੀ ਪ੍ਰੋਬਲਮ ਹੈ, ਪਰ ਇਹ ਬੱਚਾ ਵਿਪਨ ਹੈ ਜਾਂ ਅਮਨ ਆਉਂਦਾ ਸੁਭਾਸ਼ ਨਗਰ ਤੋਂ, ਕੌਸ਼ਲ ਹੈ, ਕਾਫੀ ਬੱਚੇ ਜੀ ਪ੍ਰੈਕਟਿਸ ਕਰਦੇ, ਅਤੇ ਜਿਹੜਾ ਨਸ਼ਾ ਹੈ ਨਾ, ਨਸ਼ੇ ਦੇ ਖਿਲਾਫ਼ ਬਹੁਤ ਵਧੀਆ ਚੀਜ਼ ਹੈ, ਆਰਮੀ ਦੀ ਤਿਆਰੀ ਕਰਾ ਰਹੇ ਬੱਚਿਆਂ ਨੂੰ, ਅਤੇ ਕੁਛ ਜਿਹੜਾ ਅਬੋਹਰ ਹੈਗਾ, ਅਬੋਹਰ ਹਮੇਸ਼ਾ ਹੀ ਜਿਹੜਾ ਇੱਥੇ ਕੁਛ ਵੀ ਉਪਰਾਲਾ ਨਹੀਂ ਹੋਇਆ ਅੱਜ ਤੱਕ, ਸਰਕਾਰੀ ਕਾਲਜ ਜਾਂ ਸਪੋਰਟਸ ਗਰਾਊਂਡ ਸਰਕਾਰੀ, ਅਤੇ ਇੱਥੇ ਹਾਲਾਤ ਕਾਫੀ ਖਰਾਬ ਹੈ। ਅਸੀਂ ਹੈਰੀ ਬਾਈ ਜੀ ਨੂੰ ਅਪਰੋਚ ਕੀਤਾ, ਹੈਰੀ ਸੰਧੂ ਟੀਮ ਜੋ ਹੈ, ਅਤੇ ਇਹਨਾਂ ਨੇ ਬੱਚਿਆਂ ਦੀ ਜੋ ਸਰਦੀ ਆ ਰਹੀ ਹੈ, ਕੁਛ ਬੱਚੇ ਬਹੁਤ ਹੀ ਸਲਮ ਏਰੀਏ ਤੋਂ ਆਉਂਦੇ ਆ, ਗਰੀਬ ਘਰਾਂ ਤੋਂ ਬਿਲੋਂਗ ਕਰਦੇ ਹੈ, ਉਹ ਅਫੋਰਡ ਨਹੀਂ ਕਰਦੇ ਸਮਾਨ ਲੈ ਲੈਣ, ਅਤੇ ਹੈਰੀ ਬਾਈ ਜੀ ਨੇ ਪਹਿਲੀ ਵਾਰੀ ਮਦਦ ਕੀਤੀ ਅੱਗੇ ਆ ਕੇ, ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਵੀ ਹੈਰੀ ਬਾਈ ਜੀ ਨੇ ਮੇਰੀ ਰਿਕੁਐਸਟ ਮੰਨੀ, ਇਹਨਾਂ ਬੱਚਿਆਂ ਦੀ ਮਦਦ ਕੀਤੀ, ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਸੁਖਬੀਰ ਜੀ ਬਾਦਲ ਸਾਹਿਬ ਨੂੰ ਅਗਰ ਮੇਰਾ ਸੁਨੇਹਾ ਪਹੁੰਚਦਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਵੇਂ ਬਠਿੰਡਾ, ਲੰਬੀ, ਜਲਾਲਾਬਾਦ ਦੇ ਅੰਦਰ ਸਪੋਰਟਸ ਸਟੇਡੀਅਮ ਬਣਾਏ ਗਏ ਸਰਕਾਰੀ ਬੜੀਆ, ਉਸੇ ਲੈਵਲ ਦੇ ਸਟੇਡੀਅਮ ਬਣਾਏ ਜਾਣ, ਅਤੇ ਤਾਂ ਕਿ ਆਉਣ ਵਾਲਾ ਜਿਹੜਾ ਸਾਡਾ ਅਬੋਹਰ ਏਰੀਆ ਨਸ਼ੇ ਤੋਂ ਬਚੇ। ਅਬੋਹਰ 'ਚ ਕਰੀਬ 50 ਤੋਂ ਵੱਧ ਨੌਜਵਾਨਾਂ ਨੂੰ ਫੌਜ 'ਚ ਭਰਤੀ ਹੋਣ ਅਤੇ ਤੰਦਰੁਸਤ ਰਹਿਣ ਦੀ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਸਕਾਈ ਨਿਊਜ਼, ਪੰਜਾਬ।